अपने चैनल करना सबसक्राइब बेल आइकन का बटन जरूर दबा लेना ताकि आवन आली नवी तो नवी वीडियो जी भरावान तक आसानी पहुंच सके। वीडियो जी बना लगे वीडियो इस तरह है भाई इमरान चीमे की वीडियो अगे भी वीडियो वेखते पे बस सिलसिला वाली वीडियो जेड है ना इन्हों की अपलोड होंगी भी है। बाकी वीडियो का एड्रेस है कि जिला जेड जी गुजरात है तहसील भी गुजरात पिंड जेड़ा जी इन्हों का सारो की लगे चन हर वीडियो च दसी दी किसी भी भरावना हो गुजरात तो जो रोड निकलता सरगोदा रोड उस रोड के सामने तो अगर 3 किलोमीटर तो बाद जेड़ा है ना इन्हों का पिंड आता यही इन्हों की लगे चन। बाकी जी गलबात है ना डंगर की और सारी चला एक एक जाके तफसील जी है ना वो इमरान को पूछ लैने पूछ लैने के किनिया ने मझा जी अज इन्होंने वीडियो च लाणिया ने मझा वेख लैनिया ने। अगली गलबात जी जेडे जेडे भरा पसंद आवे नंबर स्क्रीन से ला जाने रबता करके अपना सौदा जेड़ा जी पेन कर लेना 12 हफ्ता है तारीख भी पड़ती है 17 महीना 2024। बाकी अल्लाह पाक रखे खैर ते पहला तके जेड़ा ना वीडियो करने जी शुरू जनाब झोटी को मौजूद है पछम वकी धुनी कोली जी है ना ये झोटी के भरावान ने चेक कर लेनी है थानवी ने खेड़ा भी जेड़ा है ना जनाब दे सकनी है नंबर जी एक अगे जाओ जी खोलो जी नंबर जी दो झोटी बिलाल एक बार तकाए लो जी
ਚੀਮਾ ਸਾਹਿਬ ਜੀ ਗ੍ਰਹਿ ਟੱਕਿਆ ਕਿ ਜੀ ਨੰਬਰ ਦੋ ਸੁਬਹ ਚ ਲਿਆ ਝੋਟੀ ਨੇ ਪਹਿਲਾਂ ਵੀ ਦੂਜਣ ਹੈ ਲੋ ਜੀ ਇਹ ਵੀ ਦੂਜਣ ਅੱਜ ਮੈਂ ਕਿਹਾ ਪਹਿਲਾਂ ਕੋਈ ਨਹੀਂ ਹੈ ਪਹਿਲਾਂ ਕੋਈ ਨਹੀਂ ਹੈ ਪਹਿਲਾਂ ਇੱਕ ਹੈ ਵੇ ਠੀਕ ਹੈ ਇਹ ਠੀਕ ਹੋ ਗਿਆ ਲੋ ਜੀ ਦੂਜਣ ਜਿਹੜਾ ਹੈ ਨਾ ਇਹ ਝੋਟੀ ਇਹ ਕਿੰਨੇ ਦਿਨਾਂ ਦੀ ਸੂਈ ਹੈ ਭਾਈ ਜਾਨ ਸੂਈ ਵਾਰ ਇੱਕ ਦਿਨ ਕੋ ਬਾਈ ਕਟਾਂਗ ਹੋ ਗਏ ਨੇ ਮੇਰਾ ਜਿਹੜਾ ਸੱਟ ਗਈ ਹੈ ਵੈਰੀ ਗੁੱਡ ਜੀ ਤਰੇਵੇ ਸੂਵੇ ਇਹਦੇ ਮੁਕੰਮਲ ਨੇ ਨਾ ਬੱਚਾ ਕਿਸ ਮਗਰ ਹੈ ਇਹਦੇ ਮਗਰ ਵੀ ਕੱਟੀ ਜੇ ਲੋ ਜੀ ਇਹਦੇ ਮਗਰ ਵੀ ਕੱਟੀ ਨੰਬਰ ਅੱਠ ਲਿਆਂਦੀਆਂ ਨੇ ਅੱਠਾਂ ਦੇ ਮਗਰ ਹੀ ਕੱਟੀਆਂ ਵੈਰੀ ਗੁੱਡ ਜੀ ਇਹਦੇ ਕੀ ਸਾਰੀਆਂ ਦੋ ਹੋਈਆਂ ਨਾ ਜੀ ਠੀਕ ਹੋ ਗਿਆ ਲੋ ਜੀ ਚੀਮਾ ਸਾਹਿਬ ਦੀ ਗ੍ਰੇਡ ਠੀਕ ਦੂਰ ਤੇ ਝੋਟੀ ਕੋਲੇ ਭਾਈ ਜਾਨ ਜਦ ਭਰਾ ਦਾ ਦਿਲ ਕਰੇ ਨਾ ਲਬਾਸ ਲਬਾਸ ਵੇਖ ਮੈਂ ਦੁੱਧ ਨਹੀਂ ਦੱਸਦਾ ਠੀਕ ਹੈ ਮੈਂ ਆਪਣੇ ਤਰੇ ਚਾਰ ਟਾਈਮ ਥੱਲੀ ਕਰਕੇ ਠੀਕ ਹੈ ਪਹਿਲਾਂ ਗਾੜੀ ਚੋ ਕੇ ਗਾੜੀ ਦੁੱਧ ਕਿੰਨਾ ਪਛਾਰੀ ਕਿੰਨਾ ਮੈਂ ਸਾਰੀ ਥੱਲੀ ਕਰਕੇ ਫਿਰ ਦੁੱਧ ਦੱਸਣਾ ਵਾ ਵੈਰੀ ਗੁੱਡ ਜੀ ਦੇਖੋ ਜੀ ਤਿੰਨ ਚਾਰ ਚੁਆਈਆਂ ਕਰਕੇ ਜਾ ਫਿਰ ਵੀਡੀਓ ਵਿੱਚ ਜੋ ਦੱਸਣਾ ਜਿੱਥੋਂ ਵੀ ਕੋ ਭਰਾ ਆਵੇ ਆ ਕੇ ਆਪਣੀ ਥੱਲੀ ਕਰੇ ਕਿੰਨਾ ਕੁ ਦੁੱਧ ਹੈ ਇਸ ਭਰਾ ਦਾ ਦਿਲ ਕਰੇ ਤਿੰਨਾਂ ਥਣਾ ਚੋ ਆ ਕੇ 10 ਕਿਲੋ ਦੁੱਧ ਪੂਰਾ ਕਰ ਲੈ ਤਰੋਂ ਥਣਾ ਜੋ ਤਰੋਂ ਥਣਾ ਕੰਡਾ ਆਪਣਾ ਨਾਲ ਲੈ ਕੇ ਆਵੇ ਠੀਕ ਹੋ ਗਿਆ ਜਨਾਬ ਇੱਕ ਥਣ ਕੱਟੀ ਨੂੰ ਛੱਡ ਲੈਣਾ ਔਰ ਤਰੇ ਥਣ ਜੋ ਲੈਣੇ ਨੇ 10 ਕਿਲੋ ਜਿਹੜਾ ਦੁੱਧ ਹੈ ਨਾ ਇਹਦੇ ਕੋਲੇ ਆਜ਼ਰ ਮੋਕਿਆ ਪੂਰਾ ਕਰ ਲੈਣਾ ਬਾਕੀ ਲਬਾਸ ਉਹ ਪੱਟੀ ਇੱਕ ਵਾਰੀ ਜੀ ਬਿਲਕੁਲ ਇਧਰ ਕਰੋ ਜੀ ਮੂੰਹ ਇੱਕ ਵਾਰੀ ਪੱਟੋ ਜੀ ਆਦੇ ਵਾ ਜੀ ਵੀ ਕਾਲੀ ਹੋਵੇ ਤਾਂ ਡੰਗਰ ਚੰਗਾ ਹੁੰਦਾ ਹੈ ਜੀ ਬਿਲਕੁਲ ਜੀ ਵੀ ਕੱਟ ਕਾਲੀ ਜੀ ਬਿਲਕੁਲ ਮੂੰਹ ਚ ਜਵਾਨ ਹੀ ਹੈ ਨਾ ਜੀ ਜਵਾਨ ਠੀਕ ਹੋ ਗਿਆ ਤੇ ਜੀ ਵੀ ਸ਼ੱਕ ਕਾਲੀ ਜਿਹੜਾ ਹੈ ਨਾ ਫਿਰ ਝੋਟੀ ਵੀ ਭਰਾਵਾਂ ਦੇ ਸਾਹਮਣੇ ਲੋ ਜੀ ਚੀਮਾ ਸਾਹਿਬ ਕਿੰਨੇ ਦੀ ਝੋਟੀ ਦੇ ਰਹੇ ਨੇ ਪੈਸਾ ਨਹੀਂ ਨਹੀਂ ਝੋਟੀਆਂ ਦਾ ਮੁੱਲ ਲੱਗਦੇ ਨਾ 4-4 ਲੱਖ ਰੁਪਇਆ ਠੀਕ ਹੈ ਠੀਕ ਹੈ ਪਰ ਆਪ ਉਹਨੇ 4 ਲੱਖ ਵੀ ਨਹੀਂ ਲਾਣਾ ਵੈਰੀ ਗੁੱਡ ਜਨਾਬ 60 ਵੀ ਨਹੀਂ ਲਾਣਾ ਯਾਰ ਰਾਜ਼ੀ ਆ ਤੇਰੇ ਤੇ ਕਿਵੇਂ 60 ਵੀ ਨਹੀਂ ਲਾਣਾ 60 ਵੀ ਨਹੀਂ ਲਾਣਾ ਜਿਸ ਭਰਾ ਨੂੰ ਚੰਗੀ ਲੱਗੀ 3,45,000 ਰੁਪਏ ਦੀ ਝੋਟੀ ਦੇ ਰਹੀ ਯਾਰ ਰਾਜ਼ੀ ਆ ਤੇਰੇ ਤੇ ਜਿਸ ਭਰਾ ਨੂੰ ਪਸੰਦ ਆਵੇ ਲੋ ਜੀ ਤਰੇ ਅਰੇ ਪੈਕੇਜ ਹੀ ਨੇ ਵੈਰੀ ਗੁੱਡ ਜੀ 3,40 ਤੇ 5,45,000 ਦੀ ਜਿਹੜਾ ਹੈ ਨਾ ਇਹ ਝੋਟੀ ਦੇ ਸੜਨੀ ਹੈ ਨੰਬਰ ਜਿਹੜੀ ਹੈ ਨਾ ਜੀ ਦੋ ਲੋ ਜੀ ਅੱਗੇ ਆ ਕੇ ਜੀ ਝੋਟੀ ਨੰਬਰ ਜਿਹੜੀ ਹੈ ਨਾ 3 ਸਵੇਰ ਕੇ ਲਿਆ ਜੇ ਝੋਟੀ ਪਹਿਚਾਨ ਪਹਿਲਾਂ ਨੇ ਲੋ ਜੀ ਪਹਿਲਾਂ ਜੀ ਉਹ ਲਾਣੀ ਕੋਲ ਸੀ ਵਿੱਚ ਠੀਕ ਉਹਨੇ ਵਹਾ ਦੇਨੇ ਆ ਠੀਕ ਹੈ ਬਾਤ ਰਾਤੀ ਨਾ ਬੰਨ ਕੇ ਗਏ ਆ ਕਿ ਬੱਚਾ ਗਿਆ ਚੌਂਗੇ ਨੂੰ ਠੀਕ ਹੈ ਸਵੇਰੇ ਨਹੀਂ ਚੋਈ ਤੇ ਸੁਬਾ ਨਹੀਂ ਚੋਈ ਨਹੀਂ ਚੋਈ ਜੀ ਠੀਕ ਹੋ ਗਿਆ ਜੀ ਪਹਿਲਾਂ ਨੇ ਮੂੰਹ ਚੁਕੇ ਜੇ ਮੂੰਹ ਚ ਛਿੱਗੀ ਜੇ ਲੋ ਜੀ ਮੂੰਹ ਚ 6 ਦੰਦ ਜਿਹੜਾ ਹੈ ਨਾ ਮਗਰ ਕੱਟੀ ਸੋ ਨਾ ਮਗਰ ਇਹਦਾ ਵੀ ਕੱਟੀ ਹੈ ਲੋ ਜੀ ਪਹਿਲਾਂ ਝੋਟੀ ਹੈ ਮੂੰਹ ਚ ਛਿੱਗੀ ਹੈ ਮਗਰ ਇਹਦੇ ਵੀ ਕੱਟੀ ਹੈ ਅੱਡੀ ਪੁੱਠਾ ਤੇ ਪਸ਼ਮ ਜਿਹੜਾ ਹੈ ਨਾ ਇਹ ਝੋਟੀ ਦੀ ਚੈੱਕ ਕਰ ਲੈਣੀ ਕਿੰਨੇ ਕੁ ਡੰਗ ਹੋ ਗਏ ਸੋਏ ਆ ਪਛਾਣ ਇਹਨੇ ਵੀ ਸੂਈ ਨਵਾਜ਼ ਤਰੀਪਨ ਕੋ ਵੀ 22 ਡੰਗ ਹੋ ਗਏ ਲੋ ਜੀ ਮੇਰਾ ਜਿਹੜਾ ਸੱਟੇ ਹੈ ਨਾ ਆਵੇ ਸੁਬਹ ਮੁਕੰਮਲ ਹੈ ਠੀਕ ਹੈ ਦੂਧ ਤੇ ਝੋਟੀ ਲੱਗੀ ਹੈ ਨਾ ਕਿੰਨਾ ਕੁ ਦੁੱਧ ਹੈ ਤੇਮ ਝੋਟੀ ਕੋਲ ਇਸ ਭਰਾ ਦਾ ਦਿਲ ਕਰੇ ਸਾਰੇ ਤਨ ਆ ਕੇ ਦੁੱਧ ਦੇ 10 ਕਿਲੋ ਨਾ ਪੂਰਾ ਕਰ ਲੈ ਸਾਰੀ ਹਲੂ ਜਿਹੜਾ ਲੋ ਜੀ ਪਹਿਲਣ ਝੋਟੀ ਇਹ ਦੁੱਧ ਸਾਰੀ ਦਾ ਡੰਗਰ ਨੇ ਸਫਰ ਦਾ ਕੁੱਤੇ ਤੇ ਮੇਰੇ ਕੋਲ ਆਵੇ ਜੁਮਰਾਤ ਦੇ ਡਾਂਗੇ ਜੁਮਰਾਤ ਲੋ ਜੀ ਜੁਮਰਾਤ ਠੀਕ ਹੈ ਤੇ ਜੁਮਾ ਗੁਜ਼ਰਿਆ ਤੇ ਹਫਤੇ ਨੂੰ ਵੀਡੀਓ ਜੇ ਲਾ ਗਿਆ ਜੀ ਠੀਕ ਹੋ ਗਿਆ ਲੋ ਜੀ ਚੀਮਾ ਸਾਹਿਬ ਦੀ ਗ੍ਰੇਡ ਕਿੰਨੇ ਦੀ ਝੋਟੀ ਦੇ ਸਣੀ ਭਾਈ ਜਾਨ ਝੋਟੀਆਂ ਦਾ ਇਹਨਾਂ ਦਾ ਮੁੱਲ ਹੈ ਕੋਲੇ 4-4 ਲੱਖ ਰੁਪਇਆ ਠੀਕ ਹੈ ਪਰ ਅਸਾਂ ਨਹੀਂ ਲਾਣਾ ਇਹਦਾ 3.5 ਲੱਖ ਵੀ ਨਹੀਂ ਲਾਣਾ ਵੈਰੀ ਗੁੱਡ ਜਨਾਬ ਠੀਕ ਹੈ ਜਿਸ ਭਰਾ ਨੂੰ ਚੰਗੀ ਲੱਗੀ ਨਾ 3,30,000 ਰੁਪਏ ਦੀ ਝੋਟੀ ਤਿਆਰ ਕਰੋ ਬੱਬਾ ਸ਼ੇਰਾ ਦੁੱਧ 10 ਕਿਲੋ ਤੇ ਮਗਰ ਕੱਟੀ ਮਗਰ ਕੱਟੀ ਲੋ ਜੀ ਮੁੱਲ 3,30,000 ਝੋਟੀ ਪਹਿਲਣ ਮੂੰਹ ਝੋਟੀ ਜਿਹੜਾ ਨਾ ਹਾਈਟ ਵੇਲ ਲਬਾਸ ਥਣ ਜਿਹੜਾ ਨਾ ਝੋਟੀ ਦਾ ਇਹ ਭਰਾਵਾਂ ਨੇ ਚੈੱਕ ਕਰ ਲੈਣਾ ਤੇ ਲਬਾਸ ਦੀ ਤਸੱਲੀ ਜਿਹੜੀ ਹੈ ਨਾ ਇਹ ਬਲਾਲ ਨੇ ਤਕਾ ਫੜੀ ਹੈ ਤੇ ਜਿਤਨਾ ਥਾਣੇ ਅੱਲਾ ਦੀ ਮਿਹਰਬਾਨੀ ਨਾਲ ਇੰਜੀ ਚੁਆਈ ਹੋਵੇ ਇੰਜੀ ਚੁਆਈ ਹੋਵੇਗੀ ਲਿਓ ਜੀ ਅੱਗੇ ਕੋਲੋ ਜੀ ਨੰਬਰ ਜਿਹੜੀ ਹੈ ਨਾ ਜੀ 4 ਲੋ ਜੀ ਚੀਮਾ ਸਾਹਿਬ ਦੀ ਗ੍ਰੇਡ ਦੂਜਣੀ ਹੈ ਨਾ ਜੀ ਦੂਜਣ ਠੀਕ ਹੋ ਗਿਆ ਲੋ ਜੀ ਨੰਬਰ 4 ਸੁਬਾ ਦੂਸਰਾ ਜਿਹੜਾ ਹੈ ਨਾ ਪਿਛਲੇ ਪੈਰ ਦੋਵੇਂ ਟੁੱਟੇ ਨੇ ਜੀ ਬਿਲਕੁਲ ਤੇ ਫਿਰ ਲਬਾਸ 'ਚ ਚਿੱਟਾ ਨਿਸ਼ਾਨ ਜਿਹੜਾ ਹੈ ਨਾ ਨਿਸ਼ਾਨੀ ਵੀ ਹੋਵੇ ਜੀ ਅੱਲਾ ਦੀ ਮਿਹਰਬਾਨੀ ਜੀ ਬਿਲਕੁਲ ਡੱਕੇ ਛੱਕੇ ਕੋਈ ਆ ਸਵੇਰ ਦੀਆਂ ਹੀ ਨੇ ਬਸ ਜੀ ਬਿਲਕੁਲ ਨਜ਼ਰ ਆਉਂਦੀਆਂ ਪਈਆਂ ਨੇ ਮਗਰ ਇਹਦੇ ਵੀ ਕੱਟੀ ਹੈ ਨਾ ਮਗਰ ਵੀ ਕੱਟੀ ਹੈ ਕਿੰਨੇ ਟੰਗਾਂ ਦੀ ਸੂਈ ਹੈ ਇਹਨੂੰ ਸੂਈ ਨਵਾ ਤਕਰੀਬਨ ਕੋ 22-23 ਡੰਗ ਹੋ ਗਏ ਠੀਕ ਹੋ ਗਿਆ ਲੋ ਜੀ ਇਹ ਵੀ 22-23 ਡੰਗਾਂ ਦੀ ਜਿਹੜਾ ਹੈ ਨਾ ਇਹ ਝੋਟੀ ਸੂਈ ਹੈ ਮਗਰ ਇਹਦੇ ਜਨਾਬ ਕੱਟੀ ਹੈ ਅੱਖਾਂ ਸਿੰਘ ਹੱਡੀ ਪੁੱਠਾ ਪੱਛਮ ਮੁਕੰਮਲ ਵੇਲ ਹਾਈਟ ਇਹ ਚੈੱਕ ਕਰ ਲੈਣੀ ਹੈ ਕਿੰਨਾ ਕੁ ਦੁੱਧ ਹੈ ਟਾਮੇ ਦੇ ਇਸ ਭਰਾ ਦਾ ਦਿਲ ਕਰੇ ਨਾ ਮੇਰੇ ਘਰ ਆ ਕੇ ਸਾਰੀ ਥਲੋ ਦੁੱਧ ਦੇ 11 ਕਿਲੋ ਪੂਰੇ ਕਰ ਸਾਰੀ ਥਲੋ ਜਿਹੜਾ ਲੋ ਜੀ ਕੋਲੇ ਕੇ ਦੁੱਧ ਵੱਧ ਹੋਵੇ ਦਾ ਪਰ ਮੈਂ ਘਰ ਦੇ ਅੱਗੇ ਦੱਸਣਾ ਵਾ ਪਤਾ ਨਾ ਤੁਹਾਨੂੰ ਵੀ ਫੋਨ ਆਉਂਦੇ ਨਾ ਵਾ ਜਿਹੜੀ ਗੱਲ ਕਰਦਾ ਨਾ ਪਰ ਦੁੱਧ ਵੱਧ ਨਿਕਲਦਾ ਆ ਕੇ ਵੈਰੀ ਗੁੱਡ ਜੀ ਇਹ ਫੋਨ ਆਉਂਦੇ ਰਹਣ ਜਿਹੜਾ ਜੀ ਅੱਲਾ ਦੀ ਮਿਹਰਬਾਨੀ ਨਾਲ ਦੁੱਧ 11 ਦੱਸਣਾ ਤੇ ਨਿਕਲੇ ਅੱਲਾ ਦੇ ਹੁਕਮ ਨਾਲ ਜਾ ਕੇ 13 ਕਿਲੋ 13 ਕਿਲੋ ਠੀਕ ਹੋ ਗਿਆ ਲੋ ਜੀ ਚੀਮਾ ਸਾਹਿਬ ਕਿੰਨੇ ਦੀ ਝੋਟੀ ਦੇ ਸੜਨੀ ਹੈ ਭਾਈ ਜਾਨ ਇਹਨਾਂ ਮੋਟੀਆਂ ਝੋਟੀਆਂ ਦਾ ਮੁੱਲ ਲੱਗਦੇ ਨੇ 4-4 ਲੱਖ ਰੁਪਇਆ ਠੀਕ ਹੈ ਪਰ ਆਹ ਪੌਣੇ 4 ਲੱਖ ਵੀ ਨਹੀਂ ਲਾਣਾ ਵੈਰੀ ਗੁੱਡ ਜਨਾਬ ਠੀਕ ਹੈ
तेरे तो 3,45,000 रुपये की लो जी 60 तो मुल टुरिया जे बिलकुल आखरी मुल जेड़ा आई है ना 3,60,000 दे अंदर अंदर जेड़ा है ना ये सारिया झोटियां ने लिया नहीं बहरहाल मैं ना10 किलो मगर वेरी गुड जी मगर कटी किन्ने पाइपलाइन कटी मंगानी एक थान पींदी अगला एक थान ठीक हो गया किन्ने कु दिन दी सुई है इन्हें सुई ना तकरीबन महीना ही काट लो महीना हो गया ना जी ठीक हो गया जी एक थान कटी नु दे के किन्ना कु दूध चोंदी हो फिर जेड़ा पैसा नहीं ते सारा ही चोंदे जे ठीक है बाद एक थान कटी नु ब्या लेंदे दूध ने जेड़े चोल लेना ही तकरीबन को 8.5-9 किलो दूध चोल लेना जेड़ा चुवाई वाला ठीक हो गया 8.5 किलो अगर सारी कुंज किलो हो ते 10 किलो एदे को दूध जेड़ा ना2,90,000 ਕੱਟੀ ਜਿਹੜੀ ਹੈ ਨਾ ਇਹ ਵਹਾਣੀ ਹੈ ਜੀ ਇੱਕ ਵਾਰੀ ਬੁਲਾ ਲੈ ਨਾਲ ਜਿਹੜਾ ਇਹਨਾਂ ਤੇ ਵਾਪਸ ਮਾਹੀ ਤੇ ਤੁਰ ਜਾਣਾ ਲੋ ਜੀ ਜੀਮਾ ਸਾਹਿਬ ਇਹ ਚੌਵਾਂ ਦਾ ਮੁੱਲ ਲਾਇਆ ਮੈਂ ਨੇ ਇੱਕ ਡਿਸਕਾਊਂਟ ਕਰਾਈ ਜਿਹੜਾ ਹੈ ਨਾ ਇਹ ਨੰਬਰ 5 ਆਖਰੀ ਹੈ ਜਿਹੜਾ ਹੈ ਨਾ ਇਹਦੀ ਡਿਸਕਾਊਂਟ ਹੁਣ ਦੱਸੋ ਮੈਂ ਕਰਨੀ ਹੈ ਕਿ ਤੁਸੀਂ ਕਰਨੀ ਹੈ ਭਾਈ ਜਾਨ ਚਿਕਨ ਦਿਲ ਕਰਦਾ ਜੇ ਨਾ ਕਾ ਤੋ ਇਹ ਤੁਹਾਡਾ ਕਰ ਦਿੰਦੇ ਨਹੀਂ ਬੋਲਣਾ ਜਾ ਰਾਜ਼ੀਆਂ ਤੇਰੇ ਤੋਂ ਲੋ ਜੀ ਜੀਮਾ ਸਾਹਿਬ 90 ਮੁੱਲ ਲਾਇਆ ਜਿਹੜਾ 5 ਵੀਡੀਓ ਜੀ ਛੱਡਣਾ ਹੈ ਜੀ ਜੀ ਜਿਸ ਭਰਾ ਨੂੰ ਪਸੰਦ ਆਵੇ ਨਾ 85 ਜੀ ਜਿਹੜਾ ਹੈ ਨਾ पसंद आवे ना राबता करके अपना सौदा जेड़ा जी पेन करना बुलाल एक बारी नंबर एक जेड़ी है ना एदा मुंह दी तसल्ली जेड़ी है ना भरावान नूं करा सकनी है चोर के एक बारी फिर जेड़ा ना मज वहा के इजाजत जेड़ा है ना करके अपना सौदा जेड़ा जी फैन कर लेना बाकी अल्लाह पाक रखे खैर दुआवां च याद रखना इस वीडियो दे नाल दिओ इजाजत इंशाल्लाह अगले वीडियो दे नाल फेर हाजर होवांगे नारा मारना जी पाकिस्तान जिंदाबाद पाक फौज जिंदाबाद।